ਕਰਮ ਸਿੰਘ ਸਰਪੰਚ ਪਿੰਡ ਸ਼ੀਰ ਭੱਟੀ ਡਾਕਖਾਨਾ ਭੋੜੇਵਾਲ ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ। ਨੌਜਵਾਨ ਪੀੜ੍ਹੀ ਨੂੰ ਮੈਂ ਇਹੋ ਹੀ ਮੈਸੇਜ ਦੇਵਾਂਗਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਆ, ਜਿੰਮ ਲਾਉਣੇ ਚਾਹੀਦੇ ਆ, ਨਸ਼ਿਆਂ ਵਾਲੇ ਪਾਸੇ ਜਿਹੜਾ ਮਤਲਬ ਨਹੀਂ ਜਾਣਾ ਚਾਹੀਦਾ। ਦੇਖੋ ਜੀ, ਇਹਦੇ ਹਰ ਇੱਕ ਦਾ ਫਰਜ਼ ਬਣਦਾ ਆਪਣੇ ਮਾਂ ਪਿਓ ਦੀ ਸੇਵਾ ਕਰਨੀ। ਅਸੀਂ ਤਾਂ ਖੁਦ ਆਪੇ ਆਪਣੇ ਮਾਂ ਪਿਓ ਦੀ ਸੇਵਾ ਕੀਤੀ ਹੈ ਅਤੇ ਕਰਨੇ ਆ। ਪਿਓ ਸਾਡਾ ਤਾਂ ਗੁਜ਼ਰ ਗਿਆ, ਪਰ ਅਸੀਂ ਬਹੁਤ ਸੇਵਾ ਕੀਤੀ। ਮਾਤਾ ਸਾਡੀ ਆ ਅਤੇ ਅਸੀਂ ਉਹਦੀ ਬੜੀ ਸੇਵਾ ਕਰਨੇ ਹਾਂ। ਅਤੇ ਗਾੜੀ ਵੀ ਅਸੀਂ ਸਾਰੇ ਬੱਚਿਆਂ ਨੂੰ ਇਹੋ ਹੀ ਹਦਾਇਤ ਦਿੰਦੇ ਹਾਂ ਕਿ ਗੁਰਦੁਆਰੇ ਜਾਣ ਦੀ ਕੋਈ ਲੋੜ ਨਹੀਂ, ਆਪਣੇ ਮਾਂ ਪਿਓ ਦੀ ਸੇਵਾ ਕਰੋ, ਉਹਦੇ ਵਿੱਚੋਂ ਹੀ ਸਭ ਕੁਝ ਮਿਲ ਜਾਂਦਾ। ਮੈਸੇਜ ਅਸੀਂ ਇਹ ਦੇਣਾ ਚਾਹੁੰਦੇ ਹਾਂ ਕਿ ਬਿਲਕੁਲ ਸਾਦੇ ਵਿਆਹ ਕਰਨੇ ਚਾਹੀਦੇ ਆ। ਜਿਹੜਾ ਲੋਕ ਲਿਮਟਾਂ ਬਣਾ ਲੈਂਦੇ ਜਾਂ ਕਰਜ਼ੇ ਚੁੱਕ ਲੈਂਦੇ ਆ, ਉਹ ਮੁੜ ਕੇ ਕਰਜ਼ੇ ਲੱਥਦੇ ਨਹੀਂ ਅਤੇ ਮੁੜ ਕੇ ਖੁਦਕੁਸ਼ੀਆਂ ਕਰਦੇ ਆ। ਅਸੀਂ ਤਾਂ ਸਾਰਿਆਂ ਨੂੰ ਇਹੋ ਮੈਸੇਜ ਦਿੰਦੇ ਹਾਂ ਵੀ ਘੱਟ ਤੋਂ ਘੱਟ ਖਰਚਾ ਕਰੋ, ਸਾਦੇ ਵਿਆਹ ਕਰੋ, ਸਾਦਾ ਭੋਜਨ ਲਾਓ ਅਤੇ ਥੋੜ੍ਹੀ ਬਰਾਤ ਖੜੋ। ਅਤੇ ਉਹਦੇ ਨਾਲ ਇਹ ਆ ਵੀ ਲੜਕੀ ਵਾਲੇ ਵੀ ਸੌਖੇ ਰਹਿੰਦੇ ਆ ਅਤੇ ਲੜਕੇ ਵਾਲੇ ਵੀ ਸੌਖੇ ਰਹਿੰਦੇ ਆ, ਅਤੇ ਸਾਦੇ ਵਿਆਹ ਹੋਣੇ ਚਾਹੀਦੇ। ਜਿਹੜੇ ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਆ ਉਹ ਕਿਸਾਨਾਂ ਦੇ ਸਾਰੇ ਉਲਟ ਆ, ਅਤੇ ਉਹ ਮੋਦੀ ਨੂੰ ਜਿਹੜੇ ਕਾਨੂੰਨ ਆ ਉਹ ਮਤਲਬ ਫੇਰ ਕਰਨੇ ਚਾਹੀਦੇ ਆ। ਅਤੇ ਕਿਸਾਨ ਜਿਹੜੇ ਆ ਉਹ ਆਪਣੇ ਘਰਾਂ ਨੂੰ ਜਿਹੜੇ ਆ ਮੁੜ ਕੇ ਪਰਤ ਕੇ ਆਉਣ। ਜਿਹੜੇ ਮੋਦੀ ਨੇ ਕਾਨੂੰਨ ਪਾਸ ਕੀਤੇ ਆ, ਇਹ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਜ਼ਿਲ੍ਹਾ ਪੱਧਰ 'ਤੇ ਫਿਰ ਬਲਾਕ ਪੱਧਰ 'ਤੇ ਕਿਸਾਨਾਂ ਨਾਲ ਮੀਟਿੰਗਾਂ ਹੋਣੀਆਂ ਚਾਹੀਦੀਆਂ ਸੀ। ਉਹਦੇ ਵਿੱਚ ਕਿਸਾਨਾਂ ਨੂੰ ਪਤਾ ਹੁੰਦਾ ਵੀ ਸਾਡੇ ਇਹ ਕਾਨੂੰਨ ਸਹੀ ਹੈ ਜਾਂ ਗਲਤ ਹੈ, ਕਿਸਾਨਾਂ ਨੂੰ ਪੁੱਛ ਕੇ ਅਤੇ ਫਿਰ ਕਾਨੂੰਨ ਜਿਹੜੇ ਪਾਸ ਕਰਨੇ ਚਾਹੀਦੇ ਸੀ, ਕਿਉਂ ਕਾਨੂੰਨ ਜਿਹੜੇ ਆ ਉਹ ਗਲਤ ਹੈ। ਇਸ ਕਰਕੇ ਕਿਸਾਨਾਂ ਨੇ ਜਿਹੜਾ ਉਹਦਾ ਰੋਸ ਕੀਤਾ ਕਿ ਉਹ ਕਿਸਾਨਾਂ ਨੂੰ ਸਰਕਾਰ ਨੇ ਪੁੱਛਿਆ ਨਹੀਂ,